ਜਲੰਧਰ ਸਮਾਜ ਸੇਵੀ ਸੰਸਥਾ ਦੀ ਮਦਦ ਦੇ ਨਾਲ ਸਾਊਦੀ ਤੋਂ ਪੁੱਜੀ ਮਹਿਲਾ। ਜਲੰਧਰ ਵਿੱਚ ਅੱਜ ਹੈਲਪਿੰਗ ਹੈਲਪਲੈਸ ਸਮਾਜ ਸੇਵੀ ਸੰਸਥਾ ਦੁਆਰਾ ਇੱਕ ਮਹਿਲਾ ਨੂੰ ਸਾਊਦੀ ਅਰਬ ਤੋਂ ਸਹੀ ਸਲਾਮਤ ਪੰਜਾਬ ਮੰਗਵਾਇਆ ਗਿਆ। ਇਸ ਮੌਕੇ ਤੇ ਅਮਨਜੀਤ ਕੌਰ ਰਾਮੂਵਾਲੀਆ ਅਤੇ ਸਾਊਦੀ ਤੋਂ ਆਈ ਮਹਿਲਾ ਬਚਨੋ ਨੇ ਕਿਹਾ, ਬਚਨੋ ਸਾਡੇ ਕੋਲ ਬਚਨੋ ਦੀ ਫੈਮਿਲੀ ਡੇਢ ਕੁ ਮਹੀਨਾ ਪਹਿਲਾਂ ਆਈ ਸੀਗੀ। ਅਸੀਂ ਇਹਨੂੰ ਮਤਲਬ ਕਿ ਅਸੀਂ ਇਹਨੂੰ ਡੇਢ ਮਹੀਨੇ ਦੇ ਵਿੱਚ ਵਾਪਸ ਲੈ ਸਾਡੀ ਐਨ ਜੀ ਓ ਆ ਹੈਲਪਿੰਗ ਹੈਪਲੈਸ ਉਹਦੇ ਰਾਹੀਂ ਇਹਦੀ ਫੈਮਿਲੀ ਦੇ ਕੁਛ ਪੜ੍ਹੇ ਲਿਖੇ ਮੈਂਬਰ ਅੱਗੇ ਰਿਸ਼ਤੇਦਾਰੀ 'ਚ ਉਹਨਾਂ ਨੇ ਸਾਨੂੰ ਕੰਟੈਕਟ ਕੀਤਾ ਸੀ ਔਰ ਅਸੀਂ ਇਹਨੂੰ ਫਿਰ ਜਲਦੀ ਤੋਂ ਜਲਦੀ ਵਾਪਸ ਲੈ ਕੇ ਆ ਗਏ ਹਾਂ। ਟਰੈਵਲ ਏਜੰਟ 'ਤੇ ਅਸੀਂ ਹਜੇ ਕੇਸ ਪਾਉਣਾ ਚਾਹੁੰਦੇ ਹਾਂ। ਸ਼ੀ ਨੀਡਜ਼ ਸਮ ਟਾਈਮ ਕਿ ਉਹ ਬਹੁਤ ਵਿਚਾਰੀ ਹਰਾਸਟ ਹੋਈ ਸੀ, ਉਹਨੂੰ 10-15 ਦਿਨ ਸਾਨੂੰ ਰੈਸਟ ਵੀ ਦੇਣੀ ਪਈ ਇਸ ਪ੍ਰੈਸ ਕਾਨਫਰੰਸ ਲਈ ਵੀ। ਹੁਣ ਅਸੀਂ ਇਹ ਦਿਵਾਲੀ ਤੋਂ ਬਾਅਦ ਉਹਦੇ 'ਤੇ ਏਜੰਟ 'ਤੇ ਕੇਸ ਕਰਾਵਾਂਗੇ, ਇਹ ਕਰੂਗੀ। ਔਰ ਅਸੀਂ ਇਹਦਾ ਜੋ ਇਹਨੂੰ ਵਾਪਸ ਲਿਆਉਣ ਵਿੱਚ ਵੀ ਅਸੀਂ ਟਰੈਵਲ ਏਜੰਟ 'ਤੇ ਪ੍ਰੈਸ਼ਰ ਪਾ ਕੇ ਹੀ ਵਾਪਸ ਲੈ ਕੇ ਆਏ ਹਾਂ। ਕਿਉਂਕਿ ਤੁਹਾਨੂੰ ਮੈਂ ਬੇਸਿਕ ਗੱਲ ਦੱਸਦਾ ਕਿ ਜਿਹੜੇ ਟਰੈਵਲ ਏਜੰਟ ਆ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਇਹ ਆ ਕਿ ਉਹ ਇੱਥੋਂ ਇਹਨਾਂ ਲੋਕਾਂ ਤੋਂ ਪੈਸੇ ਲੈਂਦੇ ਆ ਅਤੇ ਉੱਥੇ ਜਿਹੜੇ ਸ਼ੇਖਾਂ ਦੇ ਘਰ ਵਿੱਚ ਇਹਨਾਂ ਨੂੰ ਕੰਮ ਕਰਨ ਲਈ ਦਿੱਤਾ ਜਾਂਦਾ ਉੱਥੇ ਇਹਨਾਂ ਨੂੰ ਵੇਚਿਆ ਜਾਂਦਾ, ਫਿਰ ਉਹ ਸ਼ੇਖਾਂ ਤੋਂ ਵੀ ਪੈਸੇ ਲੈਂਦੇ ਆ। ਔਰ 2-3 ਸਾਲ ਦਾ ਕੰਟਰੈਕਟ ਹੁੰਦਾ ਔਰ ਉਹ ਸ਼ੇਖ ਆ ਜਿਹੜੇ ਉਹ ਇਹਨਾਂ ਨੂੰ ਫਿਰ ਕਿਉਂਕਿ ਖਰੀਦ ਲੈਂਦੇ ਆ ਸਾਊਦੀ ਅਰਬ ਦੇ ਕਾਨੂੰਨ ਦੇ ਮੁਤਾਬਕ, ਜੋ ਮਰਜ਼ੀ ਕਰਾਉਣ, ਫਿਰ ਉਹ ਤਸ਼ੱਦਦ ਕਰਦੇ ਆ ਔਰ ਤਸ਼ੱਦਦ ਇੰਨਾ ਬੰਦਾ ਸਹਿ ਨਹੀਂ ਸਕਦਾ ਔਰ ਫਿਰ ਲੋਕ ਵਾਪਸ ਆਉਣਾ ਚਾਹੁੰਦੇ ਆ। ਜਨਰਲੀ ਜਿੰਨੇ 99% ਲੋਕ ਆ ਜਿਹੜੇ ਉਹ ਇਸ ਤਰ੍ਹਾਂ ਹੀ ਹਰਾਸ ਹੋ ਰਹੇ ਆ। ਮੈਂ ਅਪੀਲ ਕਰੂੰਗੀ ਕਿ ਹਿੰਦੁਸਤਾਨੀਆਂ ਨੂੰ ਕਿ ਤੁਸੀਂ ਸਾਊਦੀ ਅਰਬ ਜਾਂ ਹੋਰ ਕਿਸੇ ਦੇਸ਼ਾਂ ਦੇ ਵਿੱਚ ਜਾਣ ਦੀ ਬਜਾਏ ਆਪਣੇ ਹੀ ਦੇਸ਼ ਵਿੱਚ ਕੋਈ ਨਾ ਕੋਈ ਕਾਰੋਬਾਰ ਕਰੋ ਤਾਂ ਕਿ ਤੁਸੀਂ ਕਮ ਸੇ ਕਮ ਤੁਸੀਂ ਆਪਣੇ ਪਰਿਵਾਰ ਵਿੱਚ ਰਹਿ ਸਕੋ ਔਰ ਪਰਿਵਾਰ ਦੇ ਨੇੜੇ ਰਹਿ ਸਕੋ ਅਤੇ ਸੇਫ ਰਹਿ ਸਕੋ। ਲੋਕ ਜ਼ਿਆਦਾ ਅਵੇਅਰ ਨਹੀਂ ਹੁੰਦੇ, ਜਾਗਰੂਕ ਨਹੀਂ ਹੁੰਦੇ, ਇਹਨਾਂ ਨੂੰ ਅਵੇਅਰ ਕਰਨ ਲਈ ਜਾਗਰੂਕ ਕਰਨ ਲਈ ਤੁਹਾਡੇ ਵੱਲੋਂ ਕੁਛ ਮੁਹਿੰਮ ਚਲਾਈ ਹੈ? ਹਾਂਜੀ, ਮੈਂ ਐਕਚੁਲੀ ਅਸੀਂ ਇੱਕ ਛੋਟੇ ਛੋਟੇ ਕੈਂਪਸ ਚਲਾਏ ਆ ਔਰ ਅਸੀਂ ਹੁਣ ਪਿੰਡਾਂ ਦੇ ਗੁਰਦੁਆਰਿਆਂ 'ਚ ਜਾ ਕੇ ਅਸੀਂ ਛੋਟੇ ਛੋਟੇ ਕੈਂਪ ਲਾਉਣੇ ਚਾਹੁੰਦੇ ਹਾਂ। ਹੁਣ ਮੌਸਮ ਵੀ ਠੀਕ ਆ ਕਿ ਲੋਕਾਂ ਨੂੰ ਅਸੀਂ ਸਮਝਾਉਣਾ ਚਾਹੁੰਦੇ ਹਾਂ ਕਿ ਤੁਸੀਂ ਚਾਹੇ ਗਰੀਬੀ ਆ ਚਾਹੇ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ, ਪਰ ਤੁਹਾਡੀ ਜਾਨ ਨਾਲੋਂ ਜ਼ਿਆਦਾ ਵੱਧ ਜ਼ਰੂਰੀ ਚੀਜ਼ ਕੋਈ ਨਹੀਂ ਹੈ। ਤੁਸੀਂ ਆਪਣੇ ਆਪ ਨੂੰ ਪਹਿਲਾਂ ਸੇਫ ਰੱਖੋ ਔਰ ਦੇਸ਼ ਵਿੱਚ ਹੀ ਕੰਮ ਕਰੋ, ਵਿਦੇਸ਼ਾਂ ਵਿੱਚ ਆਏ ਨਾ ਜਾਓ, ਖਾਸ ਕਰਕੇ ਖਾੜੀ ਦੇਸ਼ਾਂ 'ਚ ਨਾ ਜਾਓ। ਥੈਂਕ ਯੂ ਜੀ। ਰਾਮੂਵਾਲੀਆਂ ਦੀ ਬਹੁਤ 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 ਹੀ ਜ਼ਿਆਦਾ ਧੰਨਵਾਦੀ ਹਾਂ। ਅਸੀਂ ਇਹਨਾਂ ਦਾ ਧੰਨਵਾਦ ਇਸ ਯੁੱਗ 'ਤੇ ਕਰ ਨਹੀਂ ਸਕਦੇ, ਸ਼ਾਇਦ ਅਗਲੇ ਯੁੱਗ ਹੀ ਕਰੀਏ, ਪਰ ਇਹਨਾਂ ਨੇ ਸਾਨੂੰ ਬੁਲਾਇਆ ਆਪਣੇ ਬੱਚਿਆਂ 'ਚ ਮਿਲਾਇਆ ਅਤੇ ਮੇਰੇ ਘਰ ਦੇ ਮੇਰੇ ਪਰਿਵਾਰ ਬਹੁਤ ਬਹੁਤ ਜ਼ਿਆਦਾ ਧੰਨਵਾਦੀ ਹੈ ਇਹਨਾਂ ਦੇ, ਸ਼ੁਕਰਗੁਜ਼ਾਰੀ ਹੈ। ਮੈਨੂੰ 1.5 ਸਾਲ ਹੋ ਗਏ ਗਈ ਨੂੰ ਔਰ ਇਹਨਾਂ ਦੀ ਵਜ੍ਹਾ ਨਾਲ ਹੀ ਆ ਗਈ ਹਾਂ ਜਲਦੀ, ਨਹੀਂ ਤਾਂ ਮੈਂ 2 ਸਾਲ ਸੇ ਪਹਿਲੇ ਨਹੀਂ ਆਉਣਾ ਥਾ ਯਹਾਂ ਇੰਡੀਆ ਤੋਂ। ਏਜੰਟ ਥਰੂ ਗਏ ਸੀ, ਏਜੰਟ ਕਹਿੰਦੇ ਸੀ ਕੋਈ ਕੰਮ ਖਾਸ ਨਹੀਂ ਹੈ, ਬਸ ਮਾੜਾ ਮੋਟਾ ਕੰਮ ਹੀ ਹੈ, ਤੁਮ ਵਿਹਲੇ ਹੋ, ਅਗਰ ਤੁਮੇ ਕੋਈ ਪ੍ਰੋਬਲਮ ਹੋਈ ਤਾਂ ਹਮ 3 ਮਹੀਨੇ ਕੇ ਅੰਦਰ ਅੰਦਰ ਬੁਲਾ ਲੈਂਗੇ। ਜਬ ਮੈਨੇ ਬੋਲਾ ਕਿ ਮੇਰੇ ਕੋਲ ਪ੍ਰੋਬਲਮ ਹੈ, ਇਹ ਪ੍ਰੋਬਲਮ ਹੈ ਤੋ ਆਪ ਬੁਲਾਓ, ਤੋ ਬੋਲਿਆ ਕਿ ਆਪਣੇ ਘਰ ਵਾਲਿਆਂ ਨੂੰ ਬੋਲੋ ਕਿ ਸਾਨੂੰ ਪੈਸੇ ਦਿੱਤੇ ਜਾਣ, 2 ਲੱਖ ਰੁਪਈਆ ਦਿੱਤਾ ਜਾਵੇ ਅਤੇ ਤੁਹਾਨੂੰ ਵਾਪਸ ਬੁਲਾਇਆ ਜਾਏ। ਅਸੀਂ ਕਿੱਥੋਂ ਪੈਸੇ ਦੇਣੇ, ਆਪਣੇ ਘਰ ਵਾਲਿਆਂ ਨੂੰ ਪ੍ਰੈਸ਼ਰ ਪਾਓ। ਮੈਂ ਆਪਣੇ ਘਰ ਵਾਲਿਆਂ ਨੂੰ ਕਿਹਾ ਇਹਨਾਂ ਦੇ ਅਕਾਊਂਟ 'ਚ ਪੈਸੇ ਪਾਏ ਮੇਰੇ ਘਰਦਿਆਂ ਨੇ, ਫਿਰ ਵੀ ਇਹਨਾਂ ਨੇ ਮੈਨੂੰ ਨਹੀਂ ਬੁਲਾਇਆ, ਐਮ ਬੀਬੀ ਨੇ ਮੈਨੂੰ ਬੁਲਾਇਆ, ਮੈਡਮ ਨੇ, ਇਹਨਾਂ ਦੇ ਬਹੁਤ ਧੰਨਵਾਦੀ ਹਾਂ ਜੀ ਮੈਂ। ਬਸ 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 ਬਸ।